महीना 29 पिछले महीने की दरखास्त दी है तो जो प्रशासन नू कैंडल मार्च तो बाद भिणक लगी कि असी रोड जाम करनी है और ये इंटरनेशनल लैवल ते पहुंचनी है तो उन्होंने रात नू तड़फ के फटाफट एक जाली जी धारा दर्ज करके 420 दी ते साडे हत्थ परचा फड़ाता और साडा रोष है उहदे ते ओह कोई धारा नहीं है उहदी कोई मतलब जो इंसीडेंस होया जो लीगल कार्रवाई बननी चाहिए उहदे विच कई सारियां धारा होर ने जिहड़ियां जुड़नियां चाहीदियां सी ਜਿਹੜੀਆਂ ਕਿ ਉਹਨਾਂ ਨੇ ਜਾਣਬੁੱਝ ਕੇ ਨਹੀਂ ਜੋੜੀਆਂ ਮੈਂ ਤੇ ਇਹ ਕਹਾਂਗਾ ਪੁਲਿਸ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਉਹਦੇ ਮਾਂ ਪਿਓ ਨੂੰ ਵੀ ਵਿੱਚ ਇਹਦੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਸਰ ਅਸੀਂ ਆਪਣੀ ਕੰਪਲੇਂਟ 'ਚ ਸਾਰਿਆਂ ਦਾ ਨਾਂ ਲਿਖਿਆ ਮੈਂ ਤੇ ਫਿਰ ਕਹਿੰਦਾ ਹੁੰਦਾ ਕਿ ਜਿਨ੍ਹਾਂ ਨੇ ਭੰਗੜੇ ਪਾਏ ਸੀ ਨਾ ਉਹਨਾਂ ਵੱਲੋਂ ਉਹਨਾਂ ਨੂੰ ਵੀ ਮੈਂ ਅੰਦਰ ਦਿਵਾਉਣਾ ਜਿਹੜੇ ਮੁੰਡੇ ਨੇ ਉੱਥੇ ਜੱਫੀ ਪਾ ਕੇ ਫੋਟੋ ਖਿਚਾਈ ਹੈ ਉਹ ਵੀ ਇਸ ਧਾਰਾ 'ਚ ਇਸ ਨਿਆਂ ਪ੍ਰਣਾਲੀ 'ਚ ਪਾਰਟੀ ਬਣਾਊਂਗਾ ਸਮਾਨ ਤੇ ਉਸ ਤੋਂ ਇਲਾਵਾ ਜਿਹੜੇ ਵੀ ਉਹਦੇ ਇਲੀਗਲ ਸਪੋਰਟਰ ਰਹੇ ਨੇ ਉਦੋਂ ਵੀ ਪਾਰਟੀ ਬਣਾਇਆ ਜਾਏਗਾ ਸਮਾਨ ਦਿਓ ਸਭ ਕੁਝ ਕਰਾਂਗੇ ਪ੍ਰਮਾਤਮਾ ਮਹਾਰਾਜ ਸਾਡਾ ਸਾਨੂੰ ਤਾਕਤ ਦੇਵੇ ਤੁਹਾਡੇ ਭੈਣ ਭਰਾਵਾਂ ਦਾ ਸਾਥ ਮਿਲੇ ਔਰ ਇਹ ਸੱਚੀ ਮੁੱਚੀ ਮੈਂ ਅੰਤ ਕੋਰ ਕਿਉਂ ਕਹਿੰਦਾ ਕਿਉਂਕਿ ਕਿਤੇ ਨਾ ਕਿਤੇ ਇਹਦੇ ਨਾਲ ਹਜ਼ਾਰਾਂ ਪਰਿਵਾਰ ਹੋਰ ਜੁੜੇ ਨੇ ਇਹੋ ਜਿਹੇ ਮੁੱਦਿਆਂ ਨਾਲ ਇੱਕ ਮੇਰਾ ਵੀਰ ਹੁਣੇ ਕਹਿੰਦਾ ਸੀ 65 ਲੱਖ ਲਾਇਆ ਮੈਂ ਇੱਕ ਨੇ 35 ਲੱਖ ਲਾਇਆ ਇੱਕ ਨੇ ਇਹ ਦੱਸਿਆ ਵੀ 2 ਸਾਲ ਹੋ ਗਏ ਵਿਆਹ ਕੀਤੇ ਨੂੰ ਵਿਆਹ ਤੋਂ ਡੋਲੀ ਬਸ ਘਰ ਆਈ ਹੈ ਸ਼ਗਨ ਪਵਾ ਕੇ ਘਰ ਲੈ ਗਏ ਨੇ ਮੈਂ ਤਾਂ ਉਹਦੇ ਨਾਲ ਦਿਨ ਵੀ ਨਹੀਂ ਰਹਿ ਕੇ ਵੇਖਿਆ ਰਾਤ ਤੇ ਬੜੀ ਦੂਰ ਦੀ ਗੱਲ ਹੈ ਇਹੋ ਜਿਹੇ ਵਿਆਹ ਜਿਹੜੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਪੈਸੇ ਮੁੰਡੇ ਵਾਲੇ ਦੇ ਲਵਾਨ ਨੂੰ ਤਿਆਰ ਆ ਤੇ ਜੇ ਉਹਦੀ ਪਤਨੀ ਬਣਾਈ ਜੇ ਤੇ ਪਤਨੀ ਬਣੀ ਰਹਿਣ ਦੋ ਨਾ ਪੁਲਿਸ ਕਹਿ ਰਹੀ ਆ ਕਿ ਜਿਹੜੀ ਤਫਦੀਸ਼ ਚੱਲ ਰਹੀ ਆ ਜੇ 306 ਦੀ ਕੋਈ ਕਿੰਨੇ ਸਾਲ ਚਾਹੀਦੇ ਆ ਪੁਲਿਸ ਦਾ ਕੁੱਤਾ ਗਵਾਚਾ ਹੁੰਦਾ ਨਾ ਤੇ ਹੁਣ ਤੱਕ ਕਿਸੇ ਨੇ ਆਪਣੇ ਗੱਲ 'ਚ ਪਟਾ ਪਾ ਕੇ ਉਹਨੂੰ ਫੜਾਇਆ ਹੋਣਾ ਸੀ ਆਪਣੇ ਬੌਸ ਨੂੰ ਸੱਚਾਈ ਕਹਿੰਦਾ ਮੈਂ ਬਿਸਰਾ ਰਿਪੋਰਟ ਦੀ ਵੇਟ ਬਿਸਰਾ ਰਿਪੋਰਟ ਦਾ ਦੇਖੋ ਬੜੀ ਸਾਫ਼ ਗੱਲ ਹੈ 306 ਦੀ ਮੈਂ ਇਕੱਲੀ ਗੱਲ ਕਰਦਾ 306 ਮੀਨਸ ਅਬੈਟਮੈਂਟ ਟੂ ਸੁਸਾਈਡ ਕਿ ਇੱਕ ਬੰਦੇ ਨੂੰ ਤੁਸੀਂ ਇੰਨਾ ਤੰਗ ਕੀਤਾ ਕਿ ਉਹਨੇ ਮੌਤ ਲੈ ਲਈ ਉਹਦੇ 'ਚ ਦੋ ਚੀਜ਼ਾਂ ਵੇਖਣੀਆਂ ਪਹਿਲੀ ਗੱਲ ਕਾਰਨ ਕਲੀਅਰ ਹੈ ਮੇਰੇ ਕੋਲ ਚੈਟ ਪਈ ਹੈ 600-700-800-1000 ਪੇਜਾਂ ਦੀ ਮੇਰੀ ਟੀਮ ਨੇ ਪੜ੍ਹੀ ਹੈ ਤੁਸੀਂ ਮੇਰੀ ਟੀਮ ਨਾਲ ਵੀ ਇੰਟਰਵਿਊ ਕਰੋ ਤੁਹਾਨੂੰ ਉਹਦੇ ਕੰਟੈਂਟ ਦੱਸਣਗੇ ਵੀ ਉਹਦੇ 'ਚ ਕੀ ਕੁਛ ਲਿਖਿਆ ਉਹਦੇ ਮੁਤਾਬਕ ਮੁੰਡਾ 2000 ਕਿਹੜੀ ਸਨ ਤੋਂ ਰਿਪੂ 2020 ਤੋਂ ਰੈਗੂਲਰ ਕਹਿ ਰਿਹਾ ਕਿ ਮੈਂ ਸੁਸਾਈਡ ਕਰ ਲੈਣਾ ਜੀ ਮਈ 2020 ਤੋਂ ਤੁਹਾਨੂੰ ਡੇਟਾ ਚੈਟ ਸਭ ਕੁਝ ਦਿਖਾਤਾ ਜਾਏਗਾ ਉਹ ਕਹਿ ਰਿਹਾ ਮੈਂ ਸੁਸਾਈਡ ਕਰ ਲੈਣਾ ਤੇ ਸਫੀਸ਼ੀਐਂਟ ਐਵੀਡੈਂਸ ਟੂ ਪ੍ਰੂਵ ਥੈਮ ਗਿਲਟੀ ਫਿਰ ਕਿੱਦਾਂ ਮਰਿਆ ਤਰੀਕਾ ਕੀ ਅਪਣਾਇਆ ਮਤਲਬ ਪੁਲਿਸ ਇਹ ਕਹਿੰਦੀ ਵੀ ਕਿ ਜੇ ਮੰਨ ਲਓ ਮੈਂ ਡਰੱਗ ਦੀ ਵੀ ਡੋਜ਼ ਲਈ ਹੈ ਮੈਂ ਵਰਸਟ ਕੰਡੀਸ਼ਨ ਕਹਿੰਦਾ ਕਿ ਉਹਨੇ ਚਿੱਟੇ ਦੀ ਡੋਜ਼ ਲੈ ਲਈ ਕਿਆ ਉਹ ਚਿੱਟੇ ਦੀ ਡੋਜ਼ ਦੁਖੀ ਹੋ ਕੇ ਲਈ ਉਹਦੀ ਅਬੈਟਮੈਂਟ ਜਦੋਂ ਸਾਬਤ ਹੋ ਰਹੀ ਹੈ ਤੇ ਉਹਦੇ ਤੇ ਪਰਚਾ ਕਿਉਂ ਨਹੀਂ ਹੈ ਮਤਲਬ ਮੈਂ ਫਾਂਸੀ ਲਾ ਕੇ ਮਰਾਂ ਤੇ ਮੇਰੀ ਅਬੈਟਮੈਂਟ ਟੂ ਸੁਸਾਈਡ ਮੰਨੀ ਜਾਏਗੀ ਤੇ ਜੇ ਮੈਂ ਗੱਡੀ ਥੱਲੇ ਸਿਰ ਦਿੱਤਾ ਥੋੜ੍ਹੀ ਜਿਹੀ ਬਰਸਾਤ ਆ ਗਈ ਜਿਹਦੇ ਕਰਕੇ ਸਾਡੇ ਵੀਰਾਂ ਨੂੰ ਸਾਈਡ 'ਤੇ ਹੋਣਾ ਪੈ ਰਿਹਾ